ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਦੇ ਆਈਕੋਨ 'ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਦੋਸਤੋ, ਤੁਹਾਡਾ ਵੀਡੀਓਜ਼ ਅਲਰਟ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ ਅਤੇ ਅਸੀਂ ਅੱਜ ਗੱਲ ਕਰਾਂਗੇ ਕਬੱਡੀ ਦੇ ਉਸ ਸੁਪਰਸਟਾਰ ਜਾਫੀ ਦੀ ਜਿਸ ਦਾ ਨਾਮ ਅੱਜ ਕੱਲ੍ਹ ਬੱਚੇ ਬੱਚੇ ਦੀ ਜ਼ੁਬਾਨ 'ਤੇ ਹੈ ਅਤੇ ਪੰਜਾਬ ਦੇ ਟੌਪ ਜਾਫੀਆਂ ਦੀ ਲਿਸਟ ਵਿੱਚ ਨਾਮ ਬਣਾਉਣ ਵਾਲਾ ਜਾਫੀ ਫਰਿਆਦ ਅਲੀ ਦੇ ਬਾਰੇ ਅੱਜ ਤੁਹਾਨੂੰ ਅਸੀਂ ਫਰਿਆਦ ਅਲੀ ਦੇ ਜੀਵਨ 'ਤੇ ਚਾਨਣਾ ਪਾਵਾਂਗੇ ਅਤੇ ਤੁਹਾਨੂੰ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅਤੇ ਜੇ ਗੱਲ ਕਰੀਏ ਫਰਿਆਦ ਅਲੀ ਦੇ ਪਿੰਡ ਦੀ ਤਾਂ ਫਰਿਆਦ ਅਲੀ ਦਾ ਪਿੰਡ ਸ਼ਾਕਰਪੁਰ ਜ਼ਿਲ੍ਹਾ ਜਲੰਧਰ ਵਿੱਚ ਪੈਂਦਾ ਹੈ ਅਤੇ ਫਰਿਆਦ ਦੇ ਪਿਤਾ ਦਾ ਨਾਮ ਫਕੀਰ ਹੁਸੈਨ ਅਤੇ ਮਾਤਾ ਦਾ ਨਾਮ ਸਕੀਨਾ ਹੈ। ਫਰਿਆਦ ਅਲੀ ਦਾ ਜਨਮ 14 ਜਨਵਰੀ 1993 ਨੂੰ ਹੋਇਆ ਅਤੇ ਫਰਿਆਦ ਦੇ ਉਸਤਾਦ ਦਾ ਨਾਮ ਵੀਰ ਕੁਰੀਹਾ ਹੈ ਅਤੇ ਫਰਿਆਦ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ 1 ਤੋਂ 10 ਤੱਕ ਦੀ ਪੜ੍ਹਾਈ ਬਜਰੰਗੇ ਕੀਤੀ। ਫਰਿਆਦ ਨੇ 32 ਕਿੱਲੋ ਭਾਰ ਵਿੱਚ ਕਬੱਡੀ ਖੇਡਣ ਦੀ ਸ਼ੁਰੂਆਤ ਕੀਤੀ ਅਤੇ ਹੌਲੀ ਹੌਲੀ ਖੇਡਦਾ ਫਰਿਆਦ ਅੱਜ ਸਮੇਂ ਦਾ ਸੁਪਰਸਟਾਰ ਜਾਫੀ ਬਣ ਗਿਆ। ਜੇ ਗੱਲ ਕਰੀਏ ਵਿਦੇਸ਼ ਟੂਰ ਦੀ ਤਾਂ ਫਰਿਆਦ ਅਲੀ 2 ਵਾਰ ਕੈਨੇਡਾ ਦੀ ਧਰਤੀ ਅਤੇ 1 ਵਾਰ ਦੁਬਈ ਖੇਡ ਚੁੱਕਿਆ ਹੈ। ਫਰਿਆਦ ਅਲੀ 2016 ਵਿੱਚ ਟੋਰਾਂਟੋ ਦਾ ਬੈਸਟ ਜਾਫੀ ਰਿਹਾ। ਉਸ ਸਾਲ ਹੀ ਫਰਿਆਦ ਨੇ ਕਬੱਡੀ ਲੀਗ ਦਾ ਬੈਸਟ ਜਾਫੀ ਬਣ ਗਿਆ। ਪੰਜਾਬ 'ਚ ਨੌਰਥ ਫੈਡਰੇਸ਼ਨ 2016 ਦੇ ਮੈਚਾਂ 'ਚੋਂ ਸਾਰੇ ਸੀਜ਼ਨ ਦਾ ਬੈਸਟ ਜਾਫੀ ਰਿਹਾ। ਫਰਿਆਦ ਅਲੀ ਇਸ ਸਾਲ ਵੀ 2018 ਵਿੱਚ ਕੈਨੇਡਾ ਦੀ ਧਰਤੀ 'ਤੇ ਬੱਲੇ ਬੱਲੇ ਕਰਵਾ ਰਿਹਾ ਹੈ ਅਤੇ ਪੰਜਾਬ ਵਿੱਚ ਨੌਰਥ ਫੈਡਰੇਸ਼ਨ ਦੀਆਂ ਅਕੈਡਮੀਆਂ ਦੇ ਅੰਡਰ ਰੋਇਲ ਕਿੰਗ USA ਦੀ ਅਕੈਡਮੀ ਵੱਲੋਂ ਖੇਡਦਾ ਹੈ ਅਤੇ ਗੱਭਰੂ ਨੇ ਅੱਜ ਕੱਲ੍ਹ ਪੰਜਾਬ ਦੇ ਕਬੱਡੀ ਕੱਪਾਂ 'ਤੇ ਪੂਰੇ ਟੌਪ ਦੇ ਜੱਫੇ ਪਾ ਕੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਗੱਲ ਕਰ ਦਿੱਤੀ ਹੈ। ਬੱਚਾ ਬੱਚਾ ਫੈਨ ਹੋਇਆ ਪਿਆ ਹੈ ਮਿੱਤਰੋ ਫਰਿਆਦ ਅਲੀ ਵਾਲੇ ਦੀ ਖੇਡ ਦਾ। ਪੰਜਾਬ ਦੇ ਕਬੱਡੀ ਕੱਪਾਂ ਤੋਂ ਹੁਣ ਤੱਕ ਜਿੱਤੇ ਹੋਏ ਇਨਾਮ ਫਰਿਆਦ ਅਲੀ ਨੇ 19 ਮੋਟਰਸਾਈਕਲ, 1 ਘੋੜੀ, 3 ਬਾਸਿੰਗ ਮਸ਼ੀਨਾਂ, 3 LED, 4 ਗੋਲਡ ਰਿੰਗਾਂ, 21,000, 11,000, 5100 ਦੇ ਨਕਦ ਕੈਸ਼ ਇਨਾਮ ਜਿੱਤੇ ਹਨ। ਦੋਸਤੋ, ਜਿਹੜੇ ਜਿਹੜੇ ਵੀਰ ਫਰਿਆਦ ਅਲੀ ਦੀ ਖੇਡ ਨੂੰ ਪਿਆਰ ਕਰਦੇ ਹਨ ਉਹ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਫਰਿਆਦ ਅਲੀ ਦੀ ਗੇਮ ਬਾਰੇ ਹੋਰ ਲੋਕਾਂ ਨੂੰ ਪਤਾ ਲੱਗ ਸਕੇ। ਅਤੇ ਅੱਜ ਦੀ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਅਤੇ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਤੁਸੀਂ ਆਪਣੇ ਪਸੰਦੀਦੇ ਖਿਡਾਰੀ ਦਾ ਨਾਮ ਕਮੈਂਟ ਬਾਕਸ ਵਿੱਚ ਲਿਖੋ ਤਾਂ ਅਸੀਂ ਉਸ ਖਿਡਾਰੀ ਬਾਰੇ ਵੀ ਤੁਹਾਡੇ ਲਈ ਉਸਦੇ ਬਾਇਓਗ੍ਰਾਫੀ 'ਤੇ ਵੀਡੀਓ ਬਣਾਵਾਂਗੇ। ਅਤੇ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਤੁਹਾਨੂੰ ਸਾਡਾ ਇਹ ਉਪਰਾਲਾ ਕਿਵੇਂ ਲੱਗਿਆ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਬਣੇ ਬੈਲ ਨੂੰ ਦਬਾਉਣਾ ਨਾ ਭੁੱਲਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਇਸੇ ਤਰ੍ਹਾਂ ਦੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਖਿਡਾਰੀ ਦੀ ਬਾਇਓਗ੍ਰਾਫੀ ਦੇ ਨਾਲ। ਧੰਨਵਾਦ।